आलो मम्मी चाय पी लो। सिमरन पुत तू चाह रहा है ना सी मैं आपे ला दी तू मेरे में ब्याह ही आई है थोड़ा रेस्ट कर ले कर बैठ जा। मम्मा जी तुसी कट तो कट दे पैसे सब्जी दो मैं कट दी हां। कोई गल नहीं सिमरन पुत मैं काट लेनी हां तू नवी नवी मैरिज हुई है कोई नहीं रेस्ट कर ले। नहीं मम्मा जी मेरे हुंदे तानू कोई काम करन दी लोड़ नहीं तुसी रेस्ट कर लो। मेरी धी परमात्मा ने कितनी वधिया नूं दित्ती है मैनू। परमात्मा का कितनी सोहनी शिक्षा दी माँ प्यो ने आंदे घर कुड़ी ने सारा सामभ लिया वा परमात्मा सबनों यहोज बूह दे। हेलो मम्मा। सत श्री अकाल धीए। सॉरी मम्मा फोन थोड़ा लेट चुकया मैं भांडे मांज रही सी। सारा दिन बेटा तू ही काम करती रहनी है तेरी सास कुछ नहीं करती जदों मैं फोन करती है कदी तू भांडे धोनी है कदी तू झाड़ू ला रही है कदी तू सब्जियां कट रही है सारा काम तू ही करती रहनी है जे तेनू आने वाले समय दे विच घर दी चौधर चाहिए है ना। हाँ जी मम्मा ठीक तो कुछ जिन्ना काम होंगे बस ओना ही करया कर जो तेरा काम करो नू दिल नहीं ना करता तो कोई बहाना मार दिया कर मेरा सिर दुखदा है मेरे पेट दर्द हो रहा है मेरे कुछ हो रहा है एवें ना खपी जाया कर उन्होंने नाल। ठीक है मम्मा जी जो तुम कहोगे उदा ही करा तो चंगा पुत मेरा स्टेटस देखी जो मैं पाया है। हाँ जी मम्मा मैं देख रहा थी ता स्टेटस बड़े ही सोहना सूट ता रात राती पाया सीगा अज फिर पाऊंगी तू चेक करें ठीक है। चल ठीक है मैं तेन फिर दोबारा फोन करूंगी। घबराहट हो बुखार चढ़े तेन बुखार हो बुखार लग तो रहा नहीं उठ मेरी धी चाह बना ना। सॉरी मम्मा मेरे तो उठा नहीं गया मेरी सेहत नहीं ठीक है ਤੁਸੀਂ ਸਾਰਾ ਕੰਮ ਕਰ ਲਿਓ ਮੇਰੇ ਤੋਂ ਕੰਮ ਨਹੀਂ ਹੋਣਾ। ਕੋਈ ਗੱਲ ਨਹੀਂ ਪੁੱਤ ਰੈਸਟ ਕਰ ਮੈਂ ਆਪੇ ਕੰਮ ਕਰ ਲਾਂਗੀ ਸਾਰਾ ਤੇਰੀ ਚਾਹ ਬਣਾ ਕੇ ਲਿਆਵਾਂ। ਨਹੀਂ ਕੋਈ ਨਹੀਂ ਮੰਮਾ ਮੈਂ ਆਪੇ ਉੱਠ ਕੇ ਬਣਾ ਲਾਂਗੀ। ਅੱਛਾ ਕੋਈ ਨਹੀਂ ਪੁੱਤ ਮੈਂ ਬਣਾ ਕੇ ਦਿੰਦੀ ਹਾਂ। ਮੰਮਾ ਨੂੰ ਫੋਨ ਲਾ ਕੇ ਪੁੱਛਿਆ ਮੰਮਾ ਕੀ ਕਰਦੇ ਸੀ। ਹੈਲੋ ਸਿਮਰਨ ਬੇਟਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੰਮਾ ਜੀ। ਕੰਮ ਕਰਕੇ ਹਟੀ ਸੀ। ਕੰਮ ਕਰਦੀ ਸੀ ਤੇਰੇ ਕੰਮ ਹੀ ਨਹੀਂ ਮੁੱਕਦੇ। ਹਾਂ ਜਦੋਂ ਮੈਂ ਫੋਨ ਕਰਦੀ ਤੂੰ ਕੰਮ ਹੀ ਕਰਦੀ ਹੁੰਦੀ ਹੈ ਹਜੇ ਵੀ ਚੰਗੀ ਰਹੇਗੀ ਮੰਨ ਲਾ ਮੇਰੀ ਗੱਲ। ਮੈਂ ਇਹਨਾਂ ਨੂੰ ਸਾਰੇ ਟੱਬਰ ਨੂੰ ਐਵੇਂ ਨਹੀਂ ਖੁੰਝੇ ਲਾਇਆ। ਸੁਣ ਮੇਰੀ ਗੱਲ ਹਾਂਜੀ ਹਾਂਜੀ ਕਰਿਆ ਕਰ ਕਰਿਆ ਆਪਣੇ ਮਨ ਦੀ ਕਰ ਜੇ ਸਹੁਰਿਆਂ 'ਚ ਵਸਣਾ ਹੈ ਤਾਂ ਐਵੇਂ ਨਹੀਂ ਵਸਿਆ ਜਾਂਦਾ ਕੋਈ ਸੌਖਾ ਨਹੀਂ ਪਿਆ ਸਹੁਰਿਆਂ 'ਚ ਵਸਣਾ। ਹਾਂਜੀ ਤੂੰ ਤਾਂ ਸੱਸ ਕਾਹਦੇ ਲਈ ਰੱਖੀ ਹੈ ਉਹਨੂੰ ਵਕਤ ਪਾ ਕੇ ਰੱਖਿਆ ਕਰ ਕੰਮ ਉਹਦੇ ਤੋਂ ਕਰਾਇਆ ਕਰ ਤੂੰ ਰੈਸਟ ਕਰਿਆ ਕਰ ਟੀ ਵੀ ਦੇਖਿਆ ਕਰ। ਮੰਮਾ ਜੀ ਜਦੋਂ ਤੁਸੀਂ ਕਹੋਗੇ ਉੱਦਾਂ ਠੀਕ ਹੈ। ਕਿੰਨੇ ਕੁ ਕੰਮ ਕਰਨੇ ਆ ਤੂੰ ਟੀ ਵੀ ਦੇਖਿਆ ਸੀ ਰਾਤੀ ਉਹ ਐਪੀਸੋਡ ਆ ਰਿਹਾ ਸੀਗਾ ਇਹ ਰਿਸ਼ਤੇ ਹੈ ਪਿਆਰ ਕੇ ਬਹੁਤ ਸੋਹਣਾ ਸੀਗਾ ਉਹ। ਹਾਂਜੀ ਚੱਲ ਚੰਗਾ ਪੁੱਤ ਮੈਂ ਫੋਨ ਰੱਖਦੀ ਹਾਂ ਹੁਣ ਮੈਂ ਜਰਾ ਵਟਸਐਪ ਚੈੱਕ ਕਰ ਲਵਾਂ ਆਪਣਾ ਮੇਰੇ ਮੈਸੇਜ ਆਏ ਹੋਣੇ ਆ। ਠੀਕ ਹੈ ਮੰਮਾ ਸਤਿ ਸ਼੍ਰੀ ਅਕਾਲ ਫਿਰ ਕਰਾਂਗੇ ਗੱਲ। ਰੈਸਟ ਕਰ ਲਾ।
ਕੀ ਗੱਲ ਹੈ ਪੁੱਤ ਤੂੰ ਅੱਜ ਕੱਲ ਸਿੱਧਰ ਦੀ ਨਹੀਂ ਹਟਦਾ ਫਿਰ ਹਾਂਜੀ ਮੰਮਾ ਕੀ ਗੱਲ ਹੈ ਕੀ ਗੱਲ ਪੁੱਤ ਪਤਾ ਨਹੀਂ ਮੰਮਾ ਜਦੋਂ ਦੇ ਮੈਂ ਇੱਥੇ ਆਈ ਇਹਦਾ ਮੇਰੇ ਸਿਰ ਤੇ ਪੇੜ ਹੀ ਬੜਾ ਹੁੰਦਾ ਹੈ ਕੋਈ ਗੱਲ ਨਹੀਂ ਪੁੱਤ ਤੂੰ ਰੈਸਟ ਕਰ ਲਿਆ ਕਰ ਸਰੀ ਮੰਮਾ ਸਾਰਾ ਕੰਮ ਤੁਹਾਨੂੰ ਕਰਨਾ ਪੈਂਦਾ ਮੇਰੇ ਕੋ ਨਹੀਂ ਹੁੰਦਾ ਮੇਰੇ ਹੁੰਦਿਆਂ ਵੀ ਤੁਹਾਨੂੰ ਕੰਮ ਕਰਨਾ ਪੈਂਦਾ ਕੋਈ ਗੱਲ ਨਹੀਂ ਪੁੱਤ ਫੇਰ ਕੀ ਹੋ ਗਿਆ ਜਿੱਥੇ ਮੈਂ ਅੱਗੇ ਚਾਰਾਂ ਦੀਆਂ ਲਾਉਂਦੀ ਹੁਣ ਮੈਂ ਪੰਜਾਂ ਦੀਆਂ ਲਾ ਲਾਂਗੀ ਕੋਈ ਗੱਲ ਨਹੀਂ ਤੂੰ ਰੈਸਟ ਕਰ ਕੋਈ ਗੱਲ ਨਹੀਂ ਥੋੜਾ ਬਹੁਤਾ ਹੋ ਹੀ ਜਾਂਦਾ ਸਰੀਰ ਨਾਲ ਪਤਾ ਨਹੀਂ ਕੀ ਹੋ ਗਿਆ ਪਰਮਾਤਮਾ ਮੇਰੇ ਘਰ ਨੂੰ ਕਿਤੇ ਨਜ਼ਰ ਹੀ ਲੱਗ ਗਈ ਕਿਸੇ ਦੀ ਮੇਰੀ ਜਠਾਣੀ ਗੇੜੇ ਮਾਰਦੀ ਸੀ ਉਹ ਹੀ ਕਹਿੰਦੀ ਸੀ ਕਿ ਨੂੰਹ ਤਾਂ ਬੜੀ ਸੋਹਣੀ ਇੰਨਾ ਕੰਮ ਕਾਰ ਕਰਦੀ ਉਹਨੇ ਪੱਕਾ ਕੁਛ ਕਰਤਾ ਨਜ਼ਰ ਉਹਦੀ ਲੱਗੀ ਇਹਨੂੰ ਉਹ ਜੋ ਮਰਜ਼ੀ ਘਰ ਵਿੱਚ ਕਰੇ ਮੇਰਾ ਤਾਂ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਆ ਪਰਮਾਤਮਾ ਮੈਂ ਤਾਂ ਉਹਨੂੰ ਉੱਥੇ ਹੀ ਲੈ ਕੇ ਜਾਂਦੀ ਹਾਂ ਚੱਲ ਸਿਮਰਨ ਉੱਠ ਤਿਆਰ ਹੋ ਚੱਲੀਏ ਗੁਰਦੁਆਰੇ ਅਰਦਾਸ ਕਰਾ ਕੇ ਆਉਂਦੇ ਹਾਂ ਮੰਮਾ ਜੀ ਮੈਂ ਤਿਆਰ ਹਾਂ ਚੱਲ ਪੁੱਤ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਲਾ ਕਰੀਏ ਚੱਲ ਕੇ ਪਰਮਾਤਮਾ ਤੈਨੂੰ ਵੀ ਸੁੱਖ ਸ਼ਾਂਤੀ ਦੇ ਤੇ ਘਰ 'ਚ ਵੀ ਸੁੱਖ ਸ਼ਾਂਤੀ ਵਰਤਾਏ ਚਲੋ ਗੁਰਦੁਆਰਾ ਸਾਹਿਬ ਚੱਲੀਏ ਅਰਦਾਸ ਦਾ ਤਿਆ ਚਰਨਾਂ ਵਿੱਚ ਤੇਰੇ ਵੰਡ ਖੁਸ਼ੀਆਂ ਖੇੜੇ ਵੰਡ ਖੁਸ਼ੀਆਂ ਖੇੜੇ ਅਰਦਾਸ ਦਾ ਤਿਆ ਚਰਨਾਂ ਵਿੱਚ ਤੇਰੇ ਵੰਡ ਖੁਸ਼ੀਆਂ ਖੇੜੇ ਵੰਡ ਖੁਸ਼ੀਆਂ ਖੇੜੇ ਅਰਦਾਸ ਦਾ ਤਿਆ ਚਰਨਾਂ ਵਿੱਚ ਤੇਰੇ ਵੰਡ ਖੁਸ਼ੀਆਂ ਖੇੜੇ ਵੰਡ ਖੁਸ਼ੀਆਂ ਖੇੜੇ ਮਹਾਰਾਜ ਕਿਰਪਾ ਕਰੋ ਅੱਜ ਸੰਗਤਾਂ ਤੁਹਾਡੇ ਦਰ ਤੇ ਬੈਠੀਆਂ ਨੇ ਅਰਦਾਸ ਅਰਦਾਸ ਦਾ ਤਿਆ ਚਰਨਾਂ ਵਿੱਚ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਤੁਹਾਡੇ ਨਾਲ ਕੋਈ ਗੁਰਮਤਿ ਦੀ ਬੇਨਤੀ ਕਰਨੀ ਹੈ ਸਤਿਵਚਨ ਹੈ ਜੀ ਆਜੋ ਭਾਈ ਸਾਹਿਬ ਜੀ ਮੈਂ ਬੇਨਤੀ ਕਰ ਰਹੀ ਹਾਂ ਇਹ ਕਿ ਸਾਡੇ ਘਰ 'ਚ ਨਾ ਪਹਿਲੋਂ ਮਹਾਰਾਜ ਦੀ ਕਿਰਪਾ ਬਹੁਤ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤਾਂ ਹੁਣ ਵੀ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਆ ਪਰ ਨਾ ਜਦੋਂ ਦੀ ਇਹਦੀ ਮੈਰਿਜ ਕੀਤੀ ਹੈ ਨਾ ਬੇਟੇ ਦੀ ਉਦੋਂ ਦੀ ਘਰ ਵਿੱਚ ਨਾ ਕੋਈ ਪਰੇਸ਼ਾਨੀ ਰਹਿਣ ਲੱਗੀ ਇਹਦੀ ਤਬੀਅਤ ਖਰਾਬ ਰਹਿੰਦੀ ਆ ਔਰ ਨਾ ਇਹਦਾ ਮਨ ਲੱਗਦਾ ਘਰ ਵਿੱਚ ਅਤੇ ਮੈਂ ਕੀ ਕਰਾਂ ਮੈਂ ਵੀ ਬਹੁਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਤੁਸੀਂ ਬੇਨਤੀ ਕੀਤੀ ਆ ਅਰਦਾਸ ਕੀਤੀ ਆ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜ਼ਰੂਰ ਕਿਰਪਾ ਕਰਨਗੇ ਕਿੰਨਾ ਸਮਾਂ ਹੋ ਗਿਆ ਬੱਚੇ ਦੇ ਵਿਆਹ ਨੂੰ ਬਾਬਾ ਜੀ ਇਹੀ 2 ਮਹੀਨੇ ਹੋਏ ਅਜੇ ਠੀਕ ਹੈ ਉਸ ਤੋਂ ਬਾਅਦ ਹੀ ਇੱਦਾਂ ਦਿੱਕਤ ਆਉਂਦੀ ਸਤਿ ਬਚਨ ਬੇਟਾ ਤੁਹਾਡਾ ਕੀ ਨਾਮ ਹੈ ਸਿਮਰਨ ਕੌਰ ਠੀਕ ਹੈ ਜੀ ਦੇਖੋ ਗੱਲ ਇੱਦਾਂ ਆ ਵੀ ਦੁੱਖ ਸੁੱਖ ਦੋਏ ਕੱਪੜੇ ਪਹਿਰੇ ਜਾਏ ਮਨੁੱਖ ਜ਼ਿੰਦਗੀ ਦੇ ਵਿੱਚ ਦੁੱਖ ਅਤੇ ਸੁੱਖ ਇੱਕ ਕੱਪੜੇ ਦੀ ਤਰ੍ਹਾਂ ਹੈ ਜਿਹੜਾ ਮੈਲਾ ਹੋ ਜਾਂਦਾ ਆ ਅਤੇ ਦੂਸਰਾ ਪਾਉਣਾ ਪੈਂਦਾ ਆ ਜੇ ਦੁੱਖ ਵਾਲਾ ਕੱਪੜਾ ਮੈਲਾ ਹੋ ਗਿਆ ਸੁੱਖ ਆ ਜਾਂਦਾ ਸੁੱਖ ਵਾਲਾ ਅਤੇ ਦੁੱਖ ਆ ਜਾਂਦਾ ਜਦੋਂ ਆਪਾਂ ਆਪਣੇ ਵੱਡਿਆਂ ਦੇ ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋ ਉਹਨਾਂ ਨੇ ਧੀਆਂ ਨੂੰ ਸਿੱਖਿਆ ਦਿੱਤੀ ਵੀ ਅਸਲੀ ਘਰ ਉਹਨਾਂ ਦਾ ਕਿਹੜਾ ਆ ਅਤੇ ਫਿਰ ਸਾਨੂੰ ਜ਼ਰੂਰ ਸ਼ਾਂਤੀ ਮਿਲੇਗੀ ਅਤੇ ਸਾਨੂੰ ਇਹ ਘਰ ਆਪਣਾ ਲੱਗੇਗਾ ਬੱਚੀ ਦਾ ਅਸਲੀ ਘਰ ਉਹ ਹੈ ਵੀ ਜਦੋਂ ਉਹਦਾ ਆਨੰਦ ਕਾਰਜ ਹੋ ਜਾਂਦਾ ਆ ਜਿਸ ਘਰ 'ਚ ਆਨੰਦ ਕਾਰਜ ਹੋਇਆ ਅਸਲੀ ਘਰ ਉਹਦਾ ਉਹ ਆ ਠੀਕ ਹੈ ਮੈਂ ਇੱਕ ਛੋਟੀ ਜਿਹੀ ਭੈਣ ਜੀ ਤੁਹਾਡੇ ਨਾਲ ਸਾਖੀ ਸਾਂਝੀ ਕਰਨਾ ਚਾਹੁੰਦਾ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਦਾ ਨਾਮ ਸੀ ਬੀਬੀ ਵੀਰੋ ਅਤੇ ਜਦੋਂ ਉਹਨਾਂ ਦੀ ਬੇਟੀ ਦਾ ਆਨੰਦ ਕਾਰਜ ਹੋਇਆ ਸਿਮਰਨ ਕੌਰ ਜੀ ਅਤੇ ਉਸ ਵੇਲੇ ਉਹਨਾਂ ਨੇ 9 ਸਿੱਖਿਆਵਾਂ ਦਿੱਤੀਆਂ ਤੁਸੀਂ ਕਹਿੰਦੇ ਵੀ ਤੁਹਾਡਾ ਜੀ ਨਹੀਂ ਨਾ ਲੱਗਦਾ ਅਤੇ ਜੇ ਆਪਾਂ ਅੱਜ ਇਹ 9 ਸਿੱਖਿਆਵਾਂ ਸੁਣ ਲਈਏ ਨਾ ਸਾਡੇ ਘਰ 'ਚ ਕਲੇਸ਼ ਵੀ ਮੁੱਕ ਜਾਏਗਾ ਅਤੇ ਸਾਨੂੰ ਜਿੱਥੇ ਸਾਡਾ ਘਰ 'ਚ ਜੀ ਨਹੀਂ ਲੱਗਦਾ ਉੱਥੇ ਜੀ ਵੀ ਲੱਗੇਗਾ ਅਤੇ ਸਾਡਾ ਘਰ ਸਵਰਗ ਸੱਚਖੰਡ ਕਹਿ ਲਓ ਜਾਂ ਉਹ ਘਰ ਹੀ ਜਿਹੜਾ ਆ ਸੁੱਖਾਂ ਦਾ ਖਜ਼ਾਨਾ ਬਣ ਜਾਏ ਠੀਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਬੀਬੀ ਵੀਰੋ ਦਾ ਜਦੋਂ ਆਨੰਦ ਕਾਰਜ ਹੋਇਆ ਅਤੇ ਪਹਿਲੀ ਸਿੱਖਿਆ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਕਿਹਾ ਸੁਣ ਪੁੱਤਰੀ ਪ੍ਰਾਣ 'ਤੇ ਪਿਆਰੀ ਕਿਉਂਕਿ ਬਹੁਤ ਪ੍ਰੇਮ ਕਰਦੇ ਸੀ ਬੀਬੀ ਵੀਰੋ ਨੂੰ ਅਤੇ ਉਹਨਾਂ ਕਿਹਾ ਪ੍ਰਾਣ 'ਤੇ ਪਿਆਰੀ ਇਹ ਸ਼ਬਦ ਵਰਤੇ ਆ ਅਤੇ ਉਸ ਵੇਲੇ ਪਹਿਲੀ ਸਿੱਖਿਆ ਸੀ ਪਤੀ ਕੀ ਸੇਵਾ ਕਰਨੀ ਸਫਲੀ ਪਹਿਲੀ ਸਿੱਖਿਆ ਸੀ ਵੀ ਆਪਣੇ ਪਤੀ ਦੀ ਸੇਵਾ ਕਰਨੀ ਠੀਕ ਹੈ ਨਾ ਦੂਸਰੀ ਉਹਨਾਂ ਨੇ ਸਿੱਖਿਆ ਦਿੱਤੀ ਪਤੀ ਬਿਨਾਂ ਔਰ ਕਰੇ ਸਭ ਨਕਲੀ
पती तो बिना किसी भी होर दा ध्यान अपने हिरदे विच नहीं रखना, भाव कहिंदे वी जो कुछ है मेरा पति मेरा सब कुछ है। तीसरी सिक्ख्या, एक धी नूं गुरु हरगोबिंद साहिब महाराज दे रहे ने वो केड़ी सी तीसरी सिक्ख्या, गुरजन की इज्जत बहु करनी। बचन गुरु साहब जी ने किया भी गुरजन की इज्जत बहु करनी, भी जे तुहाडे घर विच कोई साधु आवे, संत आवे, रागी आवे, ढाडी आवे, चाहुंदे हो भी तुहाडे घर विच सुख रहे, ते जेड़े तुहाडे घर विच गुरसिख आउण भावें कोई होवे, गुरजन की इज्जत बहु करनी, उन्हां दा सत्कार करना। ये महाराज अपनी बेटी नूं कह रहे। चौथा बचन महाराज ने कहा, सासा सेव हृदय बहु धरनी। सासा सेव इहदा मतलब है भी अपनी सस की सेवा करनी, ठीक है ना। हुण गुरु साहब जी कह रहे ने अपनी धी नूं भी अपने सस की सेवा करनी, किड्डी वड्डी गल है भी वह भी एक अपने वड्डियां दा सत्कार करन दी सिक्ख्या दे रहे ने। पंजवां वचन कीता, प्रभाते उठ कर मज्जन करो। इहदा की मतलब है भी सवेरे उठ के अमृत वेले उठ के इशनान करके ते तुसी नितनेम करो। अगली पंक्ति च महाराज जी कहिंदे ने गुरबाणी मुख ते कहियो ते पोथी साहब लै के तुसी बाणी दा जाप करो। देखो जिथे सासा सेव दी गल है ना भैन जी, उत्थे कहा भी सासा सेव हृदय बहुत धरनी। उत्थे मैं ये भी गल करांगा भी जे एक बच्ची अपना घर छड के ते मतलब दूजे घर आ के ते तुहानू मां बणाउंदी है, जे ये सेवा तुहाडी बहुत करे ते तुहाडा भी फर्ज बनता भी इस बच्ची नू धीआं वांगू रखो, क्योंकि जे ये तुहानू मां मन्ने ते तुहानू भी इहनू धी मनना चाहीदा आ। प्रभाते उठ कर मज्जन करो, गुरबाणी मुख ते कहियो। मूँह तो गुरबाणी पंज बाणियां जिवें अज सानू मिलियां आ, ते जाप करो सिमरन करो, ठीक है। ते नाल ही सतवां वचन है, उन्हां और विवहार जो होई ते नाल कहिंदे भलो संभालो टीको सोई। नाले दा मतलब की है भी अपना व्यवहार जिहड़ा आ वड्डियां प्रति सत्कार योग करना है, ठीक है। वड्डियां दा सत्कार करना, भलो संभालो टीको सोई दा मतलब यह है भी कि वड्डियां दी सेवा करन तो बाद जदों मान लो तुहाडे घर विच किन्ने जी, तुसीं पंज जी हो, ते चार जणियां दी तुसीं सेवा करन तो बाद जदों उह रैसट कर लैण फिर तुसीं जाके रैसट करना। भलो संभालो टीको सोई, सारिआं तों बाद च सौणा ते सब तों पहलां उठणा, अपनी धी नूं कह रहे नै। हुण मैं एक तुहानूं बेनती बहुत जरूरी दसणा चाहुंदा आ भी कहिंदे जदों बीबी वीरो गुरु हरगोबिंद साहिब जी दी बेटी डोली च बह गई ना, तो महाराज ने कहा भी जिथे इन्नियां गल्लां नोट कीतियां ना उत्थे एक गल नोट करनी, वह तुहाडे लई बहुत जरूरी है। वो की गल कही उन्होंने गुरु साहब जिया ने, मीरी पीरी दे मालक सतगुरु जी कहिंदे जिथे तुहाडे सस की निंदिया हुंदी होवे, इह साडे सारिआं लई, इह तुहाडे लई नहीं जिन्नियां भी बच्चियां दे विआह हुंदे आ उन्हां सारिआं लई आ। देखो उस समय इन्ना इन्नी निंदिया नहीं सी हुंदी, पर महाराज ने आने वाले समय के सारिया धियां नूं कहा भी जिथे भी तुहाडे सस की कोई निंदिया करे, कोई चुगली करे, वो निंदिया चुगली कन्ना नाल नहीं सुननी ते उत्थों किनारा वट देना। ये गुरु साहब जी कह रहे, तो जे अज असीं अपनी सस की निंदिया सुनते हाँ तो साडे घर विच कदी भी शांति नहीं रह सकती, ये महाराज ने इन्नी गल कही। ये सिक्ख्यावां देण तों बाद जदों गुरु साहब जी तोरन लगे तो महाराज ने कहा, सो ढिग उपलम ना आवै ऐसी भा सर्व सुख पावै। महाराज कहिंदे भी कि ये गल याद रखनी है भी जिथे सस की निंदिया हुंदी होवे ओ निंदिया अपने कन्नां दे नाल नहीं सुननी ते मैनूं कोई भी तुहाडा उलांभा ना आवे। इन्नी वड्डी गल उन्होंने अपनी धी नूं कही भी मैनूं ओ घर तुहाडा असली घर आ ते मैनूं उस घर चों कोई भी उलामा ना आवे। महाराज ने देखो अपनी धी नूं कहा, ते जदों साडे घर दे विच असीं देखदे आ कोई उलामा आउंदा आ ते इहदे विच मां दा नरादर नहीं, इहदे विच गुरू दा भी नरादर। महाराज ने किड्डी दूर अंदेशी दे नाल सानूं इह बचन कीता, क्योंकि जदों आपां इक दूजे दी निंदिया सुणदे आ, जदों आपां इक दूजे दी निंदिया सुणदे आ ते उदों ही उलामे आउंदे ने, उदों ही घर विच कलेश। ये महाराज ने अपनी धी नूं कहा कि मैनूं तुहाडे घर दे विच्चों एक गल नोट रखनी है भी सस दी निंदिया नहीं सुननी ते मैनूं कोई भी उलामा
ना आवे तो तुहाडे घर विच सारे सुख आउणगे। लास्ट बचन विच महाराज ने यह गल कही है, केड़ी गल भी तुहाडे घर विच सारे सुख आउणगे जे तुसी ये नौ बचन कमा लो। सो यह गल तुसी अज नोट करनी है, अमृत वेले उठना, गुरबाणी का अभ्यास करना, पति की सेवा करनी है, पति तो बिना किसी होर दा मन विच गलत ख्याल नहीं करना, ते सासा सेव रिदा बहुत सस की सेवा करनी आ, ते तुहाडे सस भी तुहाडे नाल प्यार करनगे ते मैनू लगदा आ, ते गुरु साहब कृपा भी करन, ते जिथे सस की निंदिया हुंदी होवे उत्थों किनारी वट लैनी, तुहाडे घर विच कदी अशांति आएगी नहीं। जिथे सस की निंदिया होवे उत्थों किनारा वट लैना, ते गुरु साहब जी कहिंदे ने तुहाडे घर विच कोई भी कलेश नहीं आएगा जे तुसी ये बचन कमाओ। मैनू आस है भी जे तुसी इन्हां बचनां दे उत्ते अमल करो। देखो गुरु तो वड्डा कोई नहीं है, सब ते वड्डा सतगुरु नानक जिन कल राखी मेरी, गुरु तुहाडी रक्षा करेगा। तो गुरु साहब जी कृपा करन, तुसी गुरु दी धी हो, तो महाराज दे इन्हां बचनां ते अमल करो। ये ना सोचो भी मैं कोई सुनाया, ये उन्हां दा बचन है, उही अपनी धियां नूं अज भी उपदेश कर रहे हैं। सो इन्हां ते अमल करो, सर्व सुख पावे, सारे सुख तुहाडे घर विच आउणगे, ते महाराज तुहानू चढ़दी कला बख्शन। वाहिगुरु जी का खालसा, वाहिगुरु जी की फतह। बेटा तेरे फिर सारे उही काम शुरू हो गए, तू अपनी सास तो क्यों नहीं करवाउंदी? तैनू समझाया सी ना कि सारे काम अपनी सास तो कराया कर, तू सारे काम फिर आप कर दी है। नहीं मम्मा जी, अज मैं मम्मा नाल गुरुद्वारा साहब गई सी, उत्थे मैं सीख रही जो सिक्ख्या गुरु साहब जी ने अपनी धी नूं दित्ती उही सिक्ख्या, ते अज तो बाद मैं चलना है। सत्कार करदी हां ते उहनां दा वी करदी हां, तो बाद मैं अपनी मम्मा जी बारे पाड़ा नहीं सुनांगी। चंगा धी, तेरी मर्जी, जो तेनू गुरु महाराज जी ने सिक्ख्या दिती है उहदे तो मैनू भी सिक्ख्या मिल गई, जो गल्लां तेनू मैनू सिखाउणियां चाहीदियां सी उह तूं अज मैनू सिखातियां, मेरियां भी अक्खां खोल दित्तियां। चंगा धीए, राजी रह अपने घर, जो सिक्ख्या अज तूं मैनू दिती है उह मैनू तेनू देनी चाहीदी सीगी, अज तूं मेरी अक्खां खोल दित्तियां। बहुत खुशी हुई, तू गुरु घरों बहुत चंगी सिक्ख्या ली है, राजी रह धीए।